ਸਾਨੂੰ ਇਨਸਾਫ ਚਾਹੀਦਾ, ਇਹਦੇ ਪਿੱਛੇ ਜੋ ਵੀ ਕਾਰਨ ਹੋਇਆ ਸਾਨੂੰ ਦੱਸਿਆ ਜਾਵੇ। ਸਾਡਾ ਬੇਟਾ 24 ਤਰੀਕ ਨੂੰ ਜੁੰਟ 'ਚ ਪੁੱਜੇ, ਜੋ 24 ਨੂੰ ਉਹਦਾ ਕਤਲ ਹੋਇਆ ਜਾਂ ਉਹਦਾ ਮੌਤ ਦਾ ਜਿਹੜਾ ਵੀ ਕਾਰਨ ਹੈਗਾ ਸਾਹਮਣੇ ਆਵੇ। ਬਾਕੀ ਸਾਡਾ ਸਾਥ ਬਹੁਤ ਦਿੱਤਾ ਜੀ ਇਲਾਕੇ ਨੇ, ਬਹੁਤ ਬਹੁਤ ਧੰਨਵਾਦ ਕਰਦੇ ਜੀ ਇਹਨਾਂ ਦਾ ਜੀ, ਸਭ ਨੇ ਬਹੁਤ ਸਾਥ ਦਿੱਤਾ। ਇਸ ਲੜਾਈ ਚੱਲਦੀ ਰਹਿਣੀ ਜਦ ਤੱਕ ਸਾਡੇ ਮਨ ਨੂੰ ਠੰਡ ਨਹੀਂ ਪੈਣੀ, ਜਦ ਤੱਕ ਸਾਨੂੰ ਇਨਸਾਫ ਨਹੀਂ ਮਿਲਣਾ ਇਹ ਸਾਡੀ ਲੜਾਈ ਜਾਰੀ ਹੈ, ਜਾਰੀ ਰਹੇਗੀ। ਅੱਲਾ ਸਾਨੂੰ ਇਨਸਾਫ ਮਿਲਿਆ ਨਹੀਂ ਹੈਗਾ ਜੀ, ਪੂਰਾ ਇਨਸਾਫ ਚਾਹੀਦਾ ਸਾਨੂੰ, ਠੀਕ ਹੈ ਜੀ। ਅਸੀਂ ਉਹਨਾਂ ਦੇ ਕਹਿਣ 'ਤੇ ਆਪਣੇ ਬੇਟੇ ਦਾ ਸੰਸਕਾਰ ਤਾਂ ਕਰ ਦਿੱਤਾ, ਪਰ ਸਾਨੂੰ ਇਨਸਾਫ ਨਹੀਂ ਮਿਲਿਆ ਜੀ। ਜੋ ਉਹਦਾ ਕਾਤਲ ਹੈ ਜੀ ਉਹ ਸਾਨੂੰ ਸਾਹਮਣਾ ਦੱਸਣ ਜੀ, ਠੀਕ ਹੈ ਜੀ। ਉਸ ਤੋਂ ਬਾਅਦ ਸਾਡੀ ਫਿਰ ਆਪਣੀ ਮਾਨਤਾ ਕਹਿੰਦੇ ਤਾਂ ਹੈਗੇ, ਹੁਣ ਕਿਆ ਪਤਾ ਠੀਕ ਹੈ ਨਹੀਂ, ਕੁਛ ਨਹੀਂ ਦਿੱਤਾ ਜੀ। ਚਲੋ ਪਰ ਅੱਜ ਵੀ ਬੜੇ ਦੁੱਖ ਨਾਲ ਕਹਿਣਾ ਪੈ ਰਿਹਾ, ਬੇਸ਼ੱਕ ਸਰਕਾਰਾਂ ਨੇ ਸਿਸਟਮਾਂ ਨੇ ਜਿਹੜੀ ਮੰਗ ਦੀ ਕਹੀ ਤਾਂ ਵੀ ਵੱਡੇ ਸਨਮਾਨ ਦੇ ਨਾਲ ਜਿਹੜਾ ਬੱਚੇ ਦਾ ਸੰਸਕਾਰ ਕੀਤਾ ਜਾਵੇ, ਉਹਦੀ ਮੌਤ ਦਾ ਇਨਸਾਫ ਪਤਾ ਲੱਗੇ ਵੀ ਅਸਲ ਗੱਲ ਹੋਈ ਕਿਆ, ਉਹਦੀ ਜਾਨ ਗਈ ਕਿੱਦਾਂ, ਉਸ ਚੀਜ਼ ਨੂੰ ਲੈ ਕੇ ਹਜੇ ਤੱਕ ਆਸ਼ਵਾਸਨ ਮਿਲੇ ਹੈ। ਚਲੋ ਕੁਝ ਨਿਯਮ ਹੁੰਦੇ ਆ, ਪਰਿਵਾਰ ਨੇ ਉਹਨਾਂ 'ਤੇ ਭਰੋਸਾ ਜਿਤਾ ਲਿਆ, ਪਰ ਅਗਲੀ ਗੱਲ ਇਹ ਹੈ ਕਿ ਹਜੇ ਵੀ ਜਿਹੜੀ ਚੀਜ਼ ਸਰਕਾਰਾਂ ਵੱਲ 'ਤੇ ਹੋਣੀ ਚਾਹੀਦੀ ਸੀ, ਇਲਾਕੇ ਦੇ ਲੋਕਾਂ ਨੇ, ਕਿਸਾਨਾਂ ਨੇ, ਆ ਮੋਰਚੇ ਵਾਲੇ ਸਾਥੀ ਖੜ੍ਹੇ ਹੈ, ਪੂਰੇ ਟਰੈਕਟਰ ਉੱਤੇ ਅੰਤਿਮ ਯਾਤਰਾ ਉਹਦੀ ਸਜਾ ਕੇ ਫੁੱਲਾਂ ਦੀ ਵਰਖਾ ਕਰਕੇ, ਦੇਖੋ ਅਸੀਂ ਮੈਂ ਤਾਂ ਪਹਿਲੇ ਦਿਨ 'ਤੇ ਕਹਿ ਰਿਹਾ ਕਿ ਜਿੱਦਣ ਦਾ ਬੱਚਾ ਸਾਡੇ ਘਰੋਂ ਚਲਾ ਜਾਂਦਾ ਫੌਜ ਵਿੱਚ, ਜੇ ਉਹ ਮੁੜਿਆ ਹੈ ਤਾਂ ਸਾਡਾ, ਨਹੀਂ ਤਾਂ ਸ਼ਹੀਦ। ਸ਼ਹੀਦ ਸੁਖਵਿੰਦਰ ਸਿੰਘ ਫੌਜੀ ਅਮਰ ਰਹੇ ਦੇ ਨਾਅਰੇ ਲਗਾਏ ਔਰ ਹਰੇਕ ਇਲਾਕੇ ਦੇ ਲੋਕਾਂ ਦੀ ਭਾਵਨਾ ਹੈ। ਮੈਂ ਇਲਾਕੇ ਦੇ ਸਾਬਕਾ ਫੌਜੀ ਭਾਈਆਂ ਨੂੰ, ਸੈਨਿਕਾਂ ਨੂੰ, ਰਿਟਾਇਰਾਂ ਨੂੰ ਵੀ ਕਹੂੰਗਾ ਕਿ ਤੁਸੀਂ ਵੀ ਆਪਣੀ ਵੈਲਫੇਅਰ ਨੂੰ ਮਜ਼ਬੂਤ ਕਰੋ, ਜਿੱਦਾਂ ਡਾਕਟਰ ਬਜਾਰ ਜੀ ਰੋਸ਼ਨ ਸਾਡੇ ਨਾਲ ਜੀ, ਰੋਸ਼ਨ ਲਾਲ ਜੀ, ਬ੍ਰਿਗੇਡੀਅਰ ਰਾਜਕੁਮਾਰ ਜੀ ਵੀ ਆਏ। ਇੱਦਾਂ ਇੰਨੀ ਕੁ ਮਜ਼ਬੂਤੀ ਚਾਹੀਦੀ ਕਿ ਹਰ ਐਂਗਲ 'ਤੇ, ਹਰ ਪੱਖ 'ਤੇ, ਜਿੱਥੇ ਕਿਸੇ ਪਰਿਵਾਰ ਦੀ ਪਿੱਠ ਲੱਗਦੀ ਹੋਵੇ, ਕਿਤੇ ਉਹਨੂੰ ਆਪਣਾ ਲੱਗਦਾ ਹੋਵੇ ਵੀ ਮੈਨੂੰ ਇਨਸਾਫ ਮਿਲ ਦੇਰੀ ਹੈ, ਉੱਥੇ ਚਟਾਨ ਦੇ ਵਾਂਗ ਉਹਨਾਂ ਨਾਲ ਖੜ ਜਾਓ। ਮੈਂ ਫਿਰ ਦੁਬਾਰਾ ਪਰਿਵਾਰ ਵੱਲੋਂ ਸਾਰੇ ਇਲਾਕੇ ਦਾ ਧੰਨਵਾਦ ਕਰਦਾ ਕਿ ਉਹਨਾਂ ਨੇ ਇੰਨੇ ਦਿਨ ਔਖੀ ਘੜੀ ਦੇ ਵਿੱਚ, ਬੇਸ਼ੱਕ ਸੜਕਾਂ 'ਤੇ ਰੁਕਣ ਦੀ ਗੱਲ ਹੋਵੇ, ਹੋਲੇ ਮਹੱਲੇ ਵਿੱਚ ਹਾਲਾਤ ਤੁਹਾਡੇ ਸਾਹਮਣੇ ਕਿੱਦਾਂ ਦੇ ਬਣੇ, ਸਾਰਾ ਕੁਛ ਤੁਸੀਂ ਦੇਖਿਆ, ਪਰ ਲੋਕ ਚਟਾਨ ਦੀ ਤਰ੍ਹਾਂ ਖੜ੍ਹੇ ਰਹੇ। ਮੈਂ ਦੁਬਾਰਾ ਬੇਨਤੀ ਕਰ ਦੂੰਗਾ, ਇਨਸਾਫ ਦੀ ਲੜਾਈ ਹਜੇ ਜਾਰੀ ਹੈ, ਜਦ ਤੱਕ ਬਸ ਪਰਿਵਾਰ ਦੀ ਤਸੱਲੀ ਨਹੀਂ ਹੁੰਦੀ ਅਸੀਂ ਇਹਨਾਂ ਦੇ ਨਾਲ ਹੈ। ਉਸ ਤਰੀਕੇ ਨਾਲ ਜਿਹੜੀ ਲੜਾਈ ਜਾਰੀ ਰੱਖੀ ਚਾਹੀਦਾ, ਸਾਨੂੰ ਇਨਸਾਫ ਚਾਹੀਦਾ, ਇਹਦੇ ਪਿੱਛੇ ਜੋ ਵੀ ਕਾਰਨ ਹੋਇਆ ਸਾਨੂੰ ਦੱਸਿਆ ਜਾਵੇ। ਸਾਡਾ ਬੇਟਾ 24 ਤਰੀਕ ਨੂੰ ਜੁੰਟ 'ਚ ਪੁੱਜੇ, ਜੋ 24 ਨੂੰ ਉਹਦਾ ਕਤਲ ਹੋਇਆ ਜਾਂ ਉਹਦਾ ਮੌਤ ਦਾ ਜਿਹੜਾ ਵੀ ਕਾਰਨ ਹੈਗਾ ਸਾਹਮਣੇ ਆਵੇ। ਬਾਕੀ ਸਾਡਾ ਸਾਥ ਬਹੁਤ ਦਿੱਤਾ ਜੀ ਇਲਾਕੇ ਨੇ, ਬਹੁਤ ਬਹੁਤ ਧੰਨਵਾਦ ਕਰਦੇ ਜੀ ਇਹਨਾਂ ਦਾ ਜੀ, ਸਭ ਨੇ ਬਹੁਤ ਸਾਥ ਦਿੱਤਾ। ਇਸ ਲੜਾਈ ਚੱਲਦੀ ਰਹਿਣੀ ਜਦ ਤੱਕ ਸਾਡੇ ਮਨ ਨੂੰ ਠੰਡ ਨਹੀਂ ਪੈਣੀ, ਜਦ ਤੱਕ ਸਾਨੂੰ ਇਨਸਾਫ ਨਹੀਂ ਮਿਲਣਾ ਇਹ ਸਾਡੀ ਲੜਾਈ ਜਾਰੀ ਹੈ, ਜਾਰੀ ਰਹੇਗੀ।